ਚਰਨ ਸਿੰਘ, ਮੈਂ ਤੇ ਭਿੱਖੀ ਪਿੰਡ SHO ਲੱਗਾ ਹੋਇਆ। ਕੀ ਮਾਮਲਾ ਹੈ? ਕੀ ਸਰ ਮਾਮਲਾ ਹੈ? ਮਾਮਲਾ ਬਾਕੀ ਦੇ ਬਰੀਕੀ ਨਾਲ ਜਾਂਚ ਜਿਹੜੀ ਉਹ SHO ਸਾਹਿਬ ਕਰ ਰਹੇ ਝਬਾੜ ਵਾਲੇ। ਉੱਥੇ ਇੰਨਾ ਕੁ ਪਤਾ ਲੱਗਾ ਕਿ ਦੋ ਅਣਪਛਾਤੇ ਬੰਦੇ ਆਏ ਅਤੇ ਸੋਨੂ ਜੀ ਕਟਿੰਗ ਕਰਾ ਰਹੇ, ਸੋਨੂ ਜੀ ਮਾ ਸਰਪੰਚ, ਦੋ ਬੰਦੇ ਆਏ, ਇੱਕ ਨੇ ਅੰਦਰ ਵੜ ਕੇ ਗੋਲੀਆਂ ਮਾਰਤੀਆਂ ਬਾਅਦ 'ਚ ਭਾਅ ਜੀ। ਸਰ ਕਿੰਨੀਆਂ ਗੋਲੀਆਂ ਲੱਗੀਆਂ? ਇਨਵੈਸਟੀਗੇਸ਼ਨ ਚੱਲ ਰਹੀ ਬਸ। ਗੋਲੀਆਂ ਕਿੰਨੀਆਂ ਲੱਗੀਆਂ? ਗੋਲੀ ਪੋਸਟਮਾਰਟਮ ਤੋਂ ਪਤਾ ਲੱਗੂ ਕਿੰਨੀਆਂ ਵੱਜੀਆਂ, ਮੈਂ ਤੇ ਅਜੇ ਅੰਦਰ ਗਿਆ ਨਹੀਂ। ਕਿਹੜੀ ਜਗ੍ਹਾ ਤੇ ਬੈਠੇ ਸੀ ਉਦੋਂ ਜਦੋਂ ਗੋਲੀ ਲੱਗੀ ਸੀ? ਅੰਦਰ ਖੜੇ ਕਟਿੰਗ ਵਾਲੀ ਦੁਕਾਨ, ਸਵੇਰੇ ਕੋਈ ਹੋਊ 8:30-9 ਵਜੇ। ਅੱਛਾ ਸੋਨੂ ਚੀਮਾ ਜੀ ਕੌਣ ਹੈਗੇ ਨੇ ਉੱਥੇ ਦੇ ਸਰਪੰਚ? ਸਰਪੰਚ ਹੈ ਜੀ। ਮੌਜੂਦਾ ਸਰਪੰਚ ਨੇ? ਹਾਂਜੀ ਮੌਜੂਦ ਹੈ। ਕਿਹੜੇ ਪਿੰਡ ਗਏ ਸੀ ਕਟਿੰਗ ਕਰਾਉਣ? ਝਬਾਲ ਹੈ, ਝਬਾਲ, ਉੱਥੇ ਲੋਕਲ ਰਹਿੰਦੇ ਉੱਥੇ। ਪਤਾ ਲੱਗ ਰਿਹਾ ਕਿ ਪਹਿਲਾਂ ਇਹਨਾਂ ਨੂੰ ਫੋਨ ਵੀ ਆਇਆ ਪੁਲਿਸ ਨੂੰ ਸ਼ਿਕਾਇਤ? ਇਹਦੇ ਬਾਰੇ ਮੈਨੂੰ ਨਹੀਂ ਜੀ, ਉਹ SHO ਸਾਹਿਬ ਕਨਸਰਨਡ ਤੁਹਾਨੂੰ ਦੱਸਣਗੇ। ਮੇਰੇ ਅਗਲੀ ਕਾਰਵਾਈ ਜਾਣ ਕੀਤੀ ਜਾ ਰਹੀ ਹੈ ਨੌਜਵਾਨਾਂ ਦੀ, ਕਿਹੜੇ ਨੌਜਵਾਨ? ਬਿਲਕੁਲ ਜੀ ਬਿਲਕੁਲ, ਅਗਲੀ ਕਾਰਵਾਈ ਸਰ ਕੀ ਆਈ ਜਾਣੀ? CCTV ਚੱਲ ਰਹੀ, ਇਨਵੈਸਟੀਗੇਸ਼ਨ ਉਹ ਤੁਹਾਨੂੰ ਅਜੇ ਨਹੀਂ ਦੱਸ ਸਕਦੇ ਸਾਰੀ ਗੱਲ। ਅਗਲੀ ਤਿਆਰੀ ਕੀ ਸਰ? ਕਾਰਵਾਈ ਕੀ ਹੋ ਰਹੀ ਹੈ? ਕਾਰਵਾਈ ਪਰਚਾ ਦਰਜ ਹੋ ਰਿਹਾ ਜੀ, SHO ਸਾਹਿਬ ਵੀ ਕਰ ਰਹੇ ਆ ਝਬਾਲ ਵਾਲੇ, ਬਾਕੀ ਸਾਰੀ ਗੱਲ ਤੁਹਾਨੂੰ ਇਨਵੈਸਟੀਗੇਸ਼ਨ ਦੀ ਉਹਨਾਂ ਤੋਂ ਪਤਾ ਲੱਗ ਸਕਦਾ। ਠੀਕ ਹੈ, ਧੰਨਵਾਦ।